ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਆਂ ਸੁਮਨ ਪ੍ਰੀਤਕੌਰ ਅਤੇ ਅੱਜ ਹੈ 12 ਅਗਸਤ 2023 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 12 ਅਗਸਤ 2023 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ ਐਮਸੀਕਿਊ हरिक एमएससीक्यू ਦਿਨ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਵੈਸ਼ਨ ਨੰਬਰ 1 ਵਿਸ਼ਵ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਭਾਰਤੀ ਦਲ ਦੀ ਅਗਵਾਈ ਕੌਣ ਕਰੇਗਾ ਹਾਂਜੀ ਵਿਸ਼ਵ ਐਥਲੈਟਿਕ ਚੈਂਪੀਅਨਸ਼ਿਪ ਇਹ 19 ਅਗਸਤ ਤੋਂ ਹੰਗਰੀ ਦੇ ਬੁਡਾਪੇਸਟ ਦੇ ਵਿੱਚ ਸ਼ੁਰੂ ਹੋਣੀ ਹੈ ਤੇ ਇਸ ਦੇ ਵਿੱਚ ਭਾਰਤ ਦਲ ਭਾਰਤੀ ਦਲ ਦੀ ਅਗਵਾਈ ਕਰਨਗੇ ਨਿਰਜ চোপੜਾ ਆਪਸ਼ਨ ਨੰਬਰ ਸੀ ਇਜ਼ ਅ ਰਾਈਟ ਆਨਸਰ ਨਿਰਜ চোপੜਾ 올림픽 골ਡ ਮੈਡਲ ਵਿਜੇਤਾ ਵਾ ਤੇ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਕਿ ਵਿਸ਼ਵ ਐਥਲੈਟਿਕ ਚੈਂਪੀਅਨਸ਼ਿਪ ਆ ਜੋ ਉਹ ਹੰਗਰੀ ਦੇ ਬੁਡਾਪੇਸਟ ਦੇ ਵਿੱਚ ਹੋਣੀ ਆ 19 ਅਗਸਤ ਤੋਂ ਤੇ ਇਸ ਦੇ ਵਿੱਚ ਨੀਰਜ ਚੋਪੜਾ ਭਾਰਤੀ ਦਲ ਦੀ ਅਗਵਾਈ ਕਰਨਗੇ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਕਿਸ ਰਾਜ ਦੇ ਮੁੱਖ ਮੰਤਰੀ ਨੇ ਇੰਦਰਾ ਗਾਂਧੀ 스마트ਫੋਨ ਯੋਜਨਾ 2023 ਸ਼ੁਰੂ ਕੀਤੀ ਹਾਂਜੀ ਰੀਸੈਂਟਲੀ ਰਾਜਸਥਾਨ ਦੇ ਮੁੱਖ ਮੰਤਰੀ ਆ ਅਸ਼ੋਕ ਗਹਿਲोत ਇਹਨਾਂ ਨੇ ਇੰਦਰਾ ਗਾਂਧੀ 스마트ਫੋਨ ਯੋਜਨਾ 2023 ਸ਼ੁਰੂ ਕੀਤੀ ਆ অপশন নাম্বার সি ইজ আ রাইট आंसर। কোনে রাজস্থান دے ਆ। دیکھو इंदिरा गांधी স্মার্টফোন યોજના 2023 ਇਹਦੇ ਲਈ ਕੰਡੀਸ਼ਨਸ ਵੀ ਰੱਖੀਆਂ ਗਈਆਂ ਵਾ ਕਿ ਜਿਹੜੀ ਫੈਮਿਲੀ ਦੀ ਇਨਕਮ ਸਾਲ ਦੀ 2.5 ਲੱਖ ਤੋਂ ਜ਼ਿਆਦਾ ਨਹੀਂ ਹੋਊਗੀ। ਠੀਕ ਹੈ ਕੋਈ ਵੀ ਉਸ ਫੈਮਿਲੀ ਦੇ ਵਿੱਚ گورਨਮੈਂਟ ਜੋਬ ਤੇ ਨਹੀਂ ਹੋਊਗਾ। ਤੇ ਦੂਸਰੀ ਗੱਲ ਕੀ ਉਹ ਰਾਜਸਥਾਨ ਦਾ ਵਾਸੀ ਹੋਣਾ ਚਾਹੀਦਾ ਵਾ ਤਾਂ ਹੀ ਉਹਨਾਂ ਨੂੰ इंदिरा गांधी স্মার্টফোন ਯੋਜਨਾ 2023 ਦਾ ਲਾਭ ਮਿਲ ਸਕਦਾ ਵਾ। ਠੀਕ ਹੈ। ਤਾਂ ਉਹਨੇ ਰਾਜਸਥਾਨ ਦੇ ਵਿੱਚ ਸ਼ੁਰੂ ਹੋਈ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰਾਜਸਥਾਨ ਰਾਜਸਥਾਨ ਦੀ ਕੈਪੀਟਲ ਆ ਜੈਪੁਰ ਇਥੋਂ ਦੇ ਚੀਫ ਮਿਨਿਸਟਰ ਆ ਅਸ਼ੋਕ ਗਹਿलोत ਇਥੋਂ ਦੇ ਗਵਰਨਰ ਆ ਕਲਰਾਜ ਮਿਸਰਾ ਰਾਜਸਥਾਨ ਦੇ ਵਿੱਚ ਸਰਸਕਾ ਨੈਸ਼ਨਲ ਪਾਰਕ ਆ ਰਨਥੋਂਬੌਰ ਨੈਸ਼ਨਲ ਪਾਰਕ ਆ ਡੇਜ਼ਰਟ ਨੈਸ਼ਨਲ ਪਾਰਕ ਆ ਮੁਕੁੰਦਰਾ ਨੈਸ਼ਨਲ ਪਾਰਕ ਆ ਕੁੰਬਲਗੜ ਨੈਸ਼ਨਲ ਪਾਰਕ ਆ ਕਿਓਲਾ ਦਿਓ ਨੈਸ਼ਨਲ ਪਾਰਕ ਆ ਖੇਤਰਫਲ ਦੇ ਪੱਖੋਂ ਸਭ ਤੋਂ ਵੱਡਾ ਰਾਜ ਆ ਰਾਜਸਥਾਨ ਜੈਸਲਮੇਰ ਦੇ ਜੀਵਾਸੰਵ ਵਿੱਚ ਪੌਦਿਆਂ ਨੂੰ ਖਾਣ ਵਾਲੇ ਡਾਇਨਾਸੌਰ ਦੀ ਇੱਕ ਨਵੀਂ ਪ੍ਰਜਾਤੀ ਮਿਲੀ ਹੈ। ਰਾਜਸਥਾਨ ਸਰਕਾਰ ਨੇ ਪਛੜੀਆਂ ਸਰੈਣੀਆਂ ਲਈ ਗੁਰੂ ਗੋਖਰਨਾਥ ਬੋਰਡ ਦਾ ਗਠਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਰਾਜਸਥਾਨ ਵਿੱਚ 6 EMRS ਦਾ ਉਦਘਾਟਨ ਕੀਤਾ ਤੇ ਰਾਜਸਥਾਨ ਵਿੱਚ ਪਹਿਲਾ 트੍ਰਾਂਸਜੈਂਡਰ ਜਨਮ ਸਰਟੀਫਿਕੇਟ ਜਾਰੀ ਕੀਤਾ ਗਿਆ। ਨੈਕਸਟ ਕੁਐਸ਼ਨ ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਰਾਜ ਕਰਮਚਾਰੀ ਡਾਟਾਬੇਸ ਨੂੰ ਅਪਡੇਟ ਕਰਨਾ ਸ਼ੁਰੂ ਕੀਤਾ? ਹਾਂਜੀ ਰੀਸੈਂਟਲੀ ਮਹਾਰਾਸ਼ਟਰ ਦੀ ਗਵਰਨਮੈਂਟ ਨੇ ਰਾਜ ਕਰਮਚਾਰੀ ਡਾਟਾਵੇਸ ਨੂੰ ਅਪਡੇਟ ਕਰਨਾ ਸ਼ੁਰੂ ਕੀਤਾ অপਸ਼ਨ ਨੰਬਰ B ਦਾ ਰਾਈਟ ਆਨਸਰ ਮਹਾਰਾਸ਼ਟਰ ਦੇਖੋ ਨੇ ਮਹਾਰਾਸ਼ਟਰ ਦੀ ਗਵਰਨਮੈਂਟ ਨੇ ਕੀਤਾ ਇਹਦੇ ਵਿੱਚ ਹੈ ਕੀ ਆ ਕਿ ਮਹਾਰਾਸ਼ਟਰ ਦੇ ਵਿੱਚ ਜਿੰਨੇ ਵੀ ਗਵਰਨਮੈਂਟ EMPLOYES ਆ ਉਹਨਾਂ ਸਾਰਿਆਂ ਦਾ ਡਾਟਾ ਕਲੈਕਟ ਕਰੇਗੀ ਮਹਾਰਾਸ਼ਟਰ ਦੀ ਗਵਰਨਮੈਂਟ ਜਿਵੇਂ ਡੇਟ ਆਫ ਬਰਥ ਕੀ ਆ ਉਹਨਾਂ ਦੀ ਜੁਆਇਨਿੰਗ ਡੇਟ ਕੀ ਆ ਜਦੋਂ ਉਹਨਾਂ ਨੇ ਜੋਬ ਜੁਆਇਨ ਕੀਤੀ ਸੀ ਤੇ ਉਹਨਾਂ ਦੀ ਰਿਟਾਇਰਮੈਂਟ ਡੇਟ ਕੀ ਆ ਇਹ ਸਾਰਾ ਡਾਟਾ ਕਲੈਕਟ ਕਰੇਗੀ ਮਹਾਰਾਸ਼ਟਰ ਦੀ ਗਵਰਨਮੈਂਟ ਹੁਣ ਮਹਾਰਾਸ਼ਟਰ ਦੀ ਗਵਰਨਮੈਂਟ ਕਰੇਗੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਹਾਰਾਸ਼ਟਰ ਮਹਾਰਾਸ਼ਟਰ ਦੀ ਕੈਪੀਟਲ ਆ ਮੁੰਬਈ ਇੱਥੋਂ ਦੇ ਚੀਫ ਮਿਨਿਸਟਰ ਆ ਇੱਕਨਾਥ ਸ਼ਿੰਦੇ ਤੇ ਇੱਥੋਂ ਦੇ ਗਵਰਨਰ ਆ ਰਾਮੇਸ਼ ਮੈਸ ਮਹਾਰਾਸ਼ਟਰ ਦੇ ਵਿੱਚ ਗੁਗਾਮਲ ਨੈਸ਼ਨਲ ਪਾਰਕ ਆ ਬੋਰੀਬਲੀ ਨੈਸ਼ਨਲ ਪਾਰਕ ਆ ਤਾਂ ਡੋਬਾ ਨੈਸ਼ਨਲ ਪਾਰਕ ਆ ਚੰਦੋਲੀ ਨੈਸ਼ਨਲ ਪਾਰਕਾ ਸੰਜੇ ਗਾਂਧੀ ਨੈਸ਼ਨਲ ਪਾਰਕਾ ਨਵੇਂ گاਉਂ ਨੈਸ਼ਨਲ ਪਾਰਕਾ ਤੰਸਾ ਵਾਈਲਡਲਾਈਫ ਸੈਂਚਰੀ ਆ ਲੋਨਾਰ ਝੀਲ ਆ ਉਜਾਨੀ ਡੈਮ ਆ ਜੈਕਬਾੜੀ ਡੈਮ ਆ ਕੋਈ ਨਾ ਡੈਮ ਆ ਮੁਗਫਲੀ ਦੇ ਉਤਪਾਦਨ ਦੇ ਵਿੱਚ ਮੁਹਰੀ ਰਾਜਾ ਮਹਾਰਾਸ਼ਟਰ ਮਹਾਰਾਸ਼ਟਰ ਦੇ ਵਿੱਚ ਸਭ ਤੋਂ ਵੱਧ ਸੂਤੀ ਕੱਪੜੇ ਦੇ ਕਾਰਖਾਨੇ ਆ ਮਹਾਰਾਸ਼ਟਰ ਵਿਧਾਨ ਸਭਾ ਨੇ ਸਥਾਨਕ ਰੁਖ ਅਥਾਰਟੀਆਂ ਨੂੰ ਸ਼ਕਤੀਕਰਨ ਲਈ ਬਿੱਲ ਪੇਸ਼ ਕੀਤਾ ਲਾਪਤਾ ਔਰਤਾਂ ਦੀ ਸੂਚੀ ਵਿੱਚ ਮਹਾਰਾਸ਼ਟਰ ਟੌਪ ਤੇ ਰਿਹਾ ਮਹਾਰਾਸ਼ਟਰ ਸਰਕਾਰ ਵਿਦੇਸ਼ੀ ਕੈਦੀਆਂ ਨੂੰ ਵੀਡੀਓ ਕਾਲ ਕਰਨ ਦੀ ਇਜਾਜ਼ਤ ਦੇਵੇਗੀ 나ਗਪੁਰ ਦੇ ਵਿੱਚ 나ਗਪੁਰ ਦੇ ਵਿੱਚ ਇਤਵਾੜੀ ਰੇਲਵੇ ਸਟੇਸ਼ਨ ਦਾ ਨਾਮ ਸੁਭਾਸ ਚੰਦਰ ਬੋਸ ਦੇ ਨਾਮ ਤੇ ਰੱਖਿਆ ਗਿਆ ਨੈਕਸਟ ਕੁਐਸ਼ਨ ਆ ਕਿ ਕਿਸ ਰਾਜ ਵਿੱਚ ਹਾਲ ਹੀ ਵਿੱਚ ਹਾਥੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹਾਂਜੀ ਦੇਖੋ ਜਿਹੜੀ ਹਾਥੀਆਂ ਦੀ ਗਣਨਾ ਨਾ ਹਰੇਕ 5 ਸਾਲ ਬਾਅਦ ਕਰਵਾਈ ਜਾਂਦੀ ਆ ਤੇ ਹੁਣ ਇਹ 2017 ਦੇ ਵਿੱਚ ਹੋਈ ਆ ਜਨਗਣਨਾ ਠੀਕ ਹੈ ਹਾਥੀਆਂ ਦੀ ਤੇ ਹਾਥੀਆਂ ਦੀ ਗਿਣਤੀ ਦੇ ਵਿੱਚ ਰਿਕਾਰਡਡ ਵਾਧਾ ਦਰਜ ਕੀਤਾ ਗਿਆ ਵਾ ਕਰਨਾਟਕ ਦੇ ਵਿੱਚ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਠੀਕ ਹੈ ਕਰਨਾਟਕ ਦੇ ਵਿੱਚ ਕੀਤਾ ਗਿਆ ਦੇਖੋ ਪਹਿਲਾ ਜਨਗਣਨਾ ਇਹ 2000 ਗਣਨਾਮ ਜਿਹੜੀ ਇਹ 2017 ਦੇ ਵਿੱਚ ਹੋਈ ਸੀ 2017 ਦੇ ਅਕੋਰਡਿੰਗ ਕਰਨਾਟਕ ਦੇ ਵਿੱਚ 6049 ਹਾਥੀ ਸੀਗੇ ਠੀਕ ਹੈ ਤੇ ਹੁਣ ਜਿਹੜੀ ਇਹ ਗੁਣ ਦੀ ਗਣਨਾ ਦੇ ਅਕੋਰਡਿੰਗ ਇਹ ਗਿਣਤੀ ਵੱਧ ਕੇ 6395 ਹੋ ਗਈ ਆ ਤਾਂ ਰਿਕਾਰਡਡ ਵਾਧਾ ਵਾ ਜਿਹੜਾ ਇਹ ਕਰਨਾਟਕ ਦੇ ਵਿੱਚ ਹਾਥੀਆਂ ਦਾ ਦਰਜ ਕੀਤਾ ਗਿਆ ਵੈਰੀ ਵੈਰੀ ਇੰਪੋਰਟੈਂਟ ਹੁਣ ਕਰਨਾਟਕ ਚ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕਰਨਾਟਕ ਕਰਨਾਟਕ ਦੀ ਕੈਪੀਟਲ ਕੀ ਆ ਬੰਗਲੌਰੂ ਇੱਥੋਂ ਦੇ ਚੀਫ ਮਿਨਿਸਟਰ ਬਸਵਰਾਜ ਬੋਮਈ ਇੱਥੋਂ ਦੇ ਗਵਰਨਰ ਆ ਥਾਵਰ ਚੰਦ ਗਹਿਲਾਰਤ ਕਰਨਾਟਕ ਦੇ ਵਿੱਚ ਨਾਗਰਹੋਲ ਨੈਸ਼ਨਲ ਪਾਰਕ ਬਾਂਦੀਪੁਰ ਨੈਸ਼ਨਲ ਪਾਰਕ ਤੋਂਗਪਧਰਾ ਨੈਸ਼ਨਲ ਪਾਰਕ ਦਾ ਕੁਦਰੇਮੁਖਾ ਨੈਸ਼ਨਲ ਪਾਰਕ ਦਾ ਸੁਮੇਸ਼ਵਰ ਵਾਈਲਡਲਾਈਫ ਸੈਂਚੁਰੀ ਆ ਬਨੇਰ ਕਾਟਾ ਨੈਸ਼ਨਲ ਪਾਰਕ ਪਧਰਾ ਵਾਈਲਡਲਾਈਫ ਸੈਂਚੁਰੀ ਆ ਅੰਛੀ ਨੈਸ਼ਨਲ ਪਾਰਕ ਆ ਤੇ ਏਡੀਆਰ ਦੀ ਰਿਪੋਰਟ ਦੇ ਅਨੁਸਾਰ ਕਰਨਾਟਕ ਵਿੱਚ ਸਭ ਤੋਂ ਵੱਧ ਆਰੋਪਪਤੀ ਵਿਧਾਇਕ ਹਨ ਬੰਗਲੌਰ ਦੇ ਵਿੱਚ ਪੰਜਵੇਂ ਵਰਲਡ ਕਾਫੀ ਸੰਮੇਲਨ ਦੀ ਮੇਜ਼ਬਾਨੀ ਕੀਤੀ ਗਈ ਆ ਵਰਲਡ ਸਿਟੀਜ਼ ਕਲਚਰ ਫੋਰਮ ਵਿੱਚ ਸ਼ਾਮਿਲ ਹੋਣ ਵਾਲਾ ਪਹਿਲਾ ਭਾਰਤੀ ਸ਼ਹਿਰ ਬਣਿਆ ਆ ਬੰਗਲੌਰ કર્ਨਾਟਕ ਦੇ ਮੁੱਖ ਮੰਤਰੀ ਨੇ ਗਰੰਟੀ ਬਜਟ ਪੇਸ਼ ਕੀਤਾ ਕਰਨਾਟਕ ਸਰਕਾਰ ਨੇ ਗਿਗ ਵਰਕਰਾਂ ਲਈ 4 ਲੱਖ ਰੁਪਏ ਤੱਕ ਦੇ ਬੀਮਾ ਕਵਰ ਦਾ ਐਲਾਨ ਕੀਤਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਹੜਾ ਸਮਾਲ ਫਾਈਨੈਂਸ ਬੈਂਕ 24/7 ਵੀਡੀਓ ਕਾਲ ਬੈਂਕਿੰਗ ਸੇਵਾ ਪ੍ਰਦਾਨ ਕਰੇਗਾ ਦੇਖੋ 24/7 ਵੀਡੀਓ ਬੈਂਕਿੰਗ ਸੇਵਾ ਪ੍ਰਦਾਨ ਕਰੇਗਾ ਇਹ ਜੋ ਸਮਾਲ ਫਾਈਨੈਂਸ ਬੈਂਕ অপਸ਼ਨ ਨੰਬਰ ਬੀ ਇਸ ਥੇ ਰਾਈਟ ਆਨਸਰ ਹੈ ਹੁਣ ਇਹ ਜੋ ਸਮਾਲ ਫਾਈਨੈਂਸ ਬੈਂਕ ਦੀ ਗੱਲ ਹੋਈ ਆ ਇਸ ਦੀ ਸਥਾਪਨਾ 1996 ਦੇ ਵਿੱਚ ਹੋਈ ਸੀ ਇਸ ਦਾ ਹੈੱਡਕੁਆਰਟਰ ਜੈਪੁਰ ਦੇ ਵਿੱਚ ਤੇ ਐਟ ਪ੍ਰੈਜ਼ੈਂਟ ਇਸ ਦੇ ਐਮ ਡੀ ਐਂਡ ਸੀਈਓ ਕੌਣ ਨੇ ਸੰਜੇ ਅਗਰਵਾਲ ਨੈਕਸਟ ਕੁਐਸਚਨ ਹਾਲ ਹੀ ਵਿੱਚ ਕਿਹੜੀ ਰਾਜ ਸਰਕਾਰ 1 ਨਵੰਬਰ ਤੋਂ ਰਾਜ ਭਰ ਵਿੱਚ ਖੇਲ ਮਹਾਰਨ ਦਾ ਆਯੋਜਨ ਕਰੇਗੀ ਹਾਂਜੀ ਖੇਲ ਮਹਾਰਨ ਦਾ ਆਯੋਜਨ ਅਸਮ ਦੀ ਗਵਰਨਮੈਂਟ ਕਰੇਗੀ 1 ਨਵੰਬਰ ਤੋਂ ਪੂਰੇ ਰਾਜ ਦੇ ਵਿੱਚ ਠੀਕ ਹੈ ਹੁਣ ਅਸਮ ਦੀ ਗਵਰਨਮੈਂਟ ਕਰੇਗੀ ਅਸਾਮ অপਸ਼ਨ B ਇੱਥੇ ਰਾਈਟ ਆਨਸਰ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਸਾਮ ਅਸਾਮ ਦੀ ਕੈਪੀਟਲ ਆ ਦੇਸ਼ਪੁਰ ਇੱਥੋਂ ਦੇ ਚੀਫ ਮਿਨਿਸਟਰ ਹਿਮੰਤਾ ਵਿਸ਼ਵ ਸ਼ਰਮਾ ਇੱਥੋਂ ਦੇ ਗਵਰਨਰ ਆ ਗੁਲਾਬ ਚੰਦ ਕਟਾਰੀਆ ਨੈਸ਼ਨਲ ਪਾਰਕ ਦੇ ਮਾਮਲੇ ਦੇ ਵਿੱਚ ਅਸਾਮ ਤੀਸਰੇ ਨੰਬਰ ਤੇ ਆ ਸੌਰੀ ਦੂਸਰੇ ਤੀਸਰੇ ਤੇ ਪਹਿਲੇ ਤੇ ਮੱਧ ਪ੍ਰਦੇਸ਼ ਆ ਪੂਰੇ ਇੰਡੀਆ ਦੇ ਵਿੱਚ ਦੂਜੇ ਤੇ ਅੰਡੇਵਰ ਨਿਕੋਵਾਰਾ ਤੀਸਰੇ ਤੇ ਅਸਾਮ ਅਸਾਮ ਦੇ ਵਿੱਚ ਰਾਇਮੋਨਾ ਨੈਸ਼ਨਲ ਪਾਰਕ ਔਰੰਗ ਨੈਸ਼ਨਲ ਪਾਰਕ ਦੇਹਿੰਗ ਪਟਕਾਈ نیشنل ਪਾਰਕ ਨਮੇਰੀ نیشنل ਪਾਰਕ ਮਾਨਸ نیشنل ਪਾਰਕ ਡਿਬਰੂ ਸਿਕੋਵਾ نیشنل ਪਾਰਕ ਕਾਜ਼ੀਰੰਗਾ نیشنل ਪਾਰਕ ਚਾਹ ਸਭ ਤੋਂ ਵੱਧ ਅਸਮ ਦੇ ਵਿੱਚ ਪੈਦਾ ਹੁੰਦੀ ਆ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਸਮ ਦੇ ਕੋਕਰਾਜ਼ਾਰ ਵਿੱਚ 132ਵੇਂ ਡੁਰੰਡ ਕੱਪ ਦਾ ਉਦਘਾਟਨ ਕੀਤਾ ਵੈਰੀ ਵੈਰੀ ਇੰਪੋਰਟੈਂਟ ਖੋਜਕਰਤਾਵਾਂ ਨੇ ਅਸਮ ਦੇ ਵਿੱਚ ਹਿਮਾਲੀਅਨ ਗਿਰਜ਼ਾਂ ਦੇ ਬੰਦਕ ਪਰਸਨਲ ਨੂੰ ਰਿਕਾਰਡ ਕੀਤਾ ਅਸਾਮ ਸਰਕਾਰ ਬੈਡ ਮੈਂਟਲਿ ਨੈਸ਼ਨਲ ਸੈਂਟਰ ਆਫ ਐਕਸਲੈਂਸ ਦੀ ਸਥਾਪਨਾ ਕਰੇਗੀ ਨੈਕਸਟ ਕੁਐਸਚਨ ਹਾਲ ਹੀ ਵਿੱਚ ਵਿਸ਼ਵ ਜੈਵਿਕ ਬਾਲਣ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਵਿਸ਼ਵ ਜੈਵਿਕ ਬਾਲਣ ਦਿਵਸ ਦਾ ਜਿਹੜਾ ਇਹ ਮਨਾਇਆ ਜਾਂਦਾ ਹਰੇਕ ਸਾਲ 10 ਅਗਸਤ ਨੂੰ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ 10 ਅਗਸਤ ਨੂੰ ਵਿਸ਼ਵ ਸ਼ੇਰ ਦਿਵਸ ਵੀ ਮਨਾਇਆ ਗਿਆ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਠੀਕ ਹੈ ਸ਼ੇਰਾਂ ਦੇ ਬਾਰੇ ਮਹੱਤਵ ਬਾਰੇ ਜਾਗਰੂਕਤਾ ਦੇਣ ਦੇ ਲਈ ਮਨਾਇਆ ਜਾਂਦਾ ਹੈ ਹੋਣ ਅਗਸਤ ਦੇ ਇੰਪੋਰਟੈਂਟ ਦਿਵਸ ਦੀ ਗੱਲ ਕੀਤੀ ਸੀ ਤਾਂ 1 ਅਗਸਤ ਨੂੰ ਰਾਸ਼ਟਰੀ ਪਰਬਤ ਚੜਾਈ ਦਿਵਸ ਮਨਾਇਆ ਗਿਆ ਇਸ ਦੇ ਨਾਲ ਹੀ 1 ਅਗਸਤ ਨੂੰ ਮੁਸਲਿਮ ਮਹਿਲਾ ਅਧਿਕਾਰ ਦਿਵਸ ਵਿਸ਼ਵ ਫੇਫੜਿਆਂ ਦੇ ਕੈਂਸਰ ਦਿਵਸ ਵਿਸ਼ਵ ਵਿਆਪੀ ਬੈਬ ਦਿਵਸ ਮਨਾਇਆ ਗਿਆ 3 ਅਗਸਤ ਨੂੰ ਭਾਰਤੀ ਅੰਗਦਾਨ ਦਿਵਸ 6 ਅਗਸਤ ਨੂੰ ਹਿਰੋਸ਼ੀਮਾ ਦਿਵਸ 7 ਅਗਸਤ ਨੂੰ ਰਾਸ਼ਟਰੀ ਹੈਂਡਲੂਮ ਦਿਵਸ 8 ਅਗਸਤ ਨੂੰ ਇਨਕਲਾਬ ਦਿਵਸ 9 ਅਗਸਤ ਨੂੰ ਨਾਗਾਸਾਕੀ ਦਿਵਸ ਸ਼ੀ ਅਗਸਟ ਇਸ ਤੋਂ ਇਲਾਵਾ 9 ਅਗਸਟ ਨੂੰ ਵਿਸ਼ਵਾਦੀਵਾਸੀ ਦਿਵਸ ਵੀ ਮਨਾਇਆ ਗਿਆ। ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਰਾਜ ਦੀ ਵਿਧਾਨ ਸਭਾ ਨੇ ਰਾਜ ਦਾ ਨਾਮ ਬਦਲਣ ਲਈ ਇੱਕ ਬਿਲ ਪਾਸ ਕੀਤਾ? ਹਾਂਜੀ ਰੀਸੈਂਟਲੀ ਕੇਰਲ ਰਾਜ ਦੀ ਵਿਧਾਨ ਸਭਾ ਨੇ ਕੇਰਲ ਰਾਜ ਦਾ ਨਾਮ ਬਦਲ ਕੇ ਕੇਰਲਮ ਕਰਨ ਦਾ ਬਿਲ ਪਾਸ ਕੀਤਾ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਦੇਖੋ ਮਲਿਆਲਮ ਭਾਸ਼ਾ ਦੇ ਵਿੱਚ ਨਾ ਕੇਰਲ ਨੂੰ ਕੇਰਲਮ ਹੀ ਬੋਲਿਆ ਜਾਂਦਾ ਤੇ ਕੇਰਲ ਦੀ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਦੇ ਨਾਲ ਹੀ ਬਿਲ ਪਾਸ ਹੋਇਆ ਵਾ। ਕੀ ਕੇਰਲ ਦਾ ਨਾਮ ਕੇਰਲਮ ਕੀਤਾ ਗਿਆ। ਹੁਣ ਕੇਰਲ ਦੀ ਵਿਧਾਨ ਸਭਾ ਦੇ ਵਿੱਚ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕੇਰਲ। ਕੇਰਲ ਦੀ ਕੈਪੀਟਲ ਆ ਤ੍ਰਿਵੰਤਮਪੁਰਮ। ਇੱਥੋਂ ਦੇ ਚੀਫ ਮਿਨਿਸਟਰ ਆ ਪਿੰਨ ਰਈ ਵਿਜ਼ਿਨ, ਇੱਥੋਂ ਦੇ ਗਵਰਨਰ ਆ ਆਰਿਫ ਮੁਹੰਮਦ ਖਾਨ। ਕੇਰਲ ਦੇ ਵਿੱਚ ਅਨਾਈ ਮੋਦੀ 16 ਨੈਸ਼ਨਲ ਪਾਰਕ, ਮਾਥੀਕੇਟਨ 16 ਨੈਸ਼ਨਲ ਪਾਰਕ, ਪਬੜਮ 16 ਨੈਸ਼ਨਲ ਪਾਰਕ, ਸਾਇਲੈਂਟ ਵੈਲੀ ਨੈਸ਼ਨਲ ਪਾਰਕ, ਐਰਵਿਕुलम ਨੈਸ਼ਨਲ ਪਾਰਕ, ਪੈਰੀਆਰ ਵਾਈਲਡਲਾਈਫ ਸੈਂਚੁਰੀਆ। ਕੇਰਲ ਅਸੈਂਬਲੀ ਨੇ ਸਰਬਸਮਤੀ ਨਾਲ ਯੂਸੀਸੀ ਦੇ ਖਿਲਾਫ ਵੀ ਮਤਾ ਪਾਸ ਕੀਤਾ ਯੂਸੀਸੀ ਇੱਕ ਸਿਵਲ ਕੋਡ ਹੈ ਯੂਨੀਫਾਰਮ ਸਿਵਲ ਕੋਡ ਜਿਸ ਦੇ ਵਿਰੋਧ ਇਹ ਮਤਾ ਪਾਸ ਕੀਤਾ ਵਾ ਕਿਉਂਕਿ ਕੇਰਲ ਗਵਰਨਮੈਂਟ ਨੇ ਇਹ ਕਿਹਾ ਵਾ ਸੈਂਟਰ ਗਵਰਨਮੈਂਟ ਨੂੰ ਕਿ ਸੈਂਟਰ ਗਵਰਨਮੈਂਟ ਯੂਨੀਫਾਰਮ ਕੋਡ ਲਾਗੂ ਕਰਨ ਦੇ ਵਿੱਚ ਜਲਦਬਾਜ਼ੀ ਕਰ ਰਹੀ ਹੈ ਇੱਕ ਵਾਰ ਸੋਚ ਲਵੇ ਕੇਰਲ ਵਿੱਚ ਇਥੇ ਆਣ ਰੀਤੀ ਰਿਵਾਜ ਦਾ ਆਯੋਜਨ ਕੀਤਾ ਗਿਆ ਗਰਮੀ ਦੀ ਲਹਿਰ ਕਾਰਨ ਸਭ ਤੋਂ ਵੱਧ ਮੌਤਾਂ ਕੇਰਲ ਦੇ ਵਿੱਚ ਦਰਜ ਕੀਤੀਆਂ ਗਈਆਂ ਕੇਰਲ ਦੇ ਵਿੱਚ ਮਾਲਾਵਾਰ ਰੀਵਰ ਫੈਸਟੀਵਲ ਦਾ ਨੋਵਾਂ ਐਡੀਸ਼ਨ ਆਯੋਜਿਤ ਕੀਤਾ ਗਿਆ ਨੈਕਸਟ ਕੁਐਸਚਨ ਕਿਸ ਦੇਸ਼ ਦੇ ਔਸਕਰ ਜੇਤੂ ਨਿਰਦੇਸ਼ਕ ਵਿਲੀਅਮ ਫਰੀਡਕਿਨ ਦਾ ਹਾਲ ਹੀ ਵਿੱਚ ਦਿਹਾਂਤ ਹੋਇਆ ਹਾਂਜੀ ਵਿਲੀਅਮ ਫਰੀਡਕਿਨ ਇਹ ਔਸਕਰ ਜੇਤੂ ਸੀਗੇ ਅਮਰੀਕਾ ਦੇ ਆ ਤੇ ਇਹਨਾਂ ਦੀ ਰੀਸੈਂਟਲੀ ਡੈਥ ਹੋ ਗਈ ਆ ਆਪਸ਼ਨ ਬੀ ਇਥੇ ਰਾਈਟ ਆਨਸਰ ਹੈ ਉਹਨੇ ਅਮਰੀਕਾ ਦੇ ਆ ਅਮਰੀਕਾ ਦੀ ਕੈਪੀਟਲ ਕੀ ਆ ਵਾਸ਼ਿੰਗਟਨ ਡੀਸੀ ਇਥੋਂ ਦੀ ਕਰੰਸੀ ਆ ਅਮਰੀਕਨ ਡਾਲਰ ਇਸ ਤੋਂ ਦੇ ਪ੍ਰੈਜ਼ੀਡੈਂਟ ਆ ਜੋ ਬਾਈਡਨ ਵਾਈਸ ਪ੍ਰੈਜ਼ੀਡੈਂਟ ਆ ਕਮਲਾ ਹੈਰਿਸ ਅਪੈਡਾ ਹਵਾਈ ਰਾਹੀ ਦੇਖੋ ਅਪੈਡਾ ਦੀ ਫੁੱਲ ਫਾਰਮ ਕੀ ਹੈ ਐਗਰੀਕਲਚਰ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ ਹਵਾਈ ਰਾਹੀ ਅਮਰੀਕਾ ਨੂੰ ਤਾਜ਼ੇ ਨਾਰਾਂ ਦੀ ਪਹਿਲੀ ਜਾਂਚ ਖੇਪ ਨਿਰਜਾਤ ਕਰੇਗਾ ਅਮਰੀਕਾ ਨੇ ਤਾਈਵਾਨ ਲਈ 345 ਮਿਲੀਅਨ ਡਾਲਰ ਮਿਲਟਰੀ ਸਹਾਇਤਾ ਪੈਕੇਜ ਦਾ ਐਲਾਨ ਕੀਤਾ ਲੀਜ਼ਾ ਫ੍ਰੈਂਸੀਟੀ ਅਮਰੀਕਾ ਦੇ ਇਤਿਹਾਸ ਵਿੱਚ ਚੋਟੀ ਦੀ ਜਲ ਸੈਨਾ ਅਧਿਕਾਰੀ ਬਣਨ ਵਾਲੀ ਪਹਿਲੀ ਔਰਤ ਬਣੀ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਜਨ ਤਨ ਯੋਜਨਾ ਦੇ ਲਾਭਪਾਤਰੀਆਂ ਦੀ ਗਿਣਤੀ ਵਿੱਚ ਕੌਣ ਸਿਖਰ ਤੇ ਰਿਹਾ ਹਾਂਜੀ ਪ੍ਰਧਾਨ ਮੰਤਰੀ ਜਨ ਤਨ ਯੋਜਨਾ ਇਸ ਦੇ ਲਾਭਪਾਤਰੀਆਂ ਦੀ ਗਿਣਤੀ ਦੇ ਵਿੱਚ ਟੌਪ ਤੇ ਰਾਜ ਰਹਿਣ ਵਾਲਾ ਬਣਿਆ ਵਾ ਕਿਹੜਾ ਬਣਿਆ ਵਾ ਜੀ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਵਿਹਾਰ ਆਪਸ਼ਨ ਬੀ ਇਥੇ ਰਾਈਟ ਆਨਸਰ ਹੈ ਸੈਕਿੰਡ ਤੇ ਹੈ ਉੱਤਰ ਪ੍ਰਦੇਸ਼ 3rd ਤੇ ਹੈ ਤਮਿਲਨਾਡੂ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਵਿਹਾਰ ਦੀ ਗੱਲ ਕੀਤੀ ਹੈ ਟੌਪ ਤੇ ਵਿਹਾਰਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਵਿਹਾਰ ਵਿਹਾਰ ਦੀ ਕੈਪੀਟਲ ਕੀ ਹੈ ਪਟਨਾ ਇੱਥੋਂ ਦੇ ਚੀਫ ਮਿਨਿਸਟਰ ਕੌਣ ਨੇ ਹਾਂਜੀ ਜਿਹੜੇ ਵੀ ਸਟੂਡੈਂਟਸ ਨੂੰ ਪਤਾ 3 ਸੈਕਿੰਡ ਦਿੰਨੀ ਹੈ ਕਮੈਂਟ ਬਾਕਸ ਦੇ ਵਿੱਚ ਲਿਖਣ ਲਈ ਵਿਹਾਰ ਦੀ ਕੈਪੀਟਲ ਆ ਪਟਨਾ ਇੱਥੋਂ ਦੇ ਚੀਫ ਮਿਨਿਸਟਰ ਨਿਤੇਸ਼ ਕੁਮਾਰ ਤੇ ਇੱਥੋਂ ਦੇ ਗਵਰਨਰ ਆ ਰਜਿੰਦਰ ਵਿਸ਼ੂ ਨਾਥ ਹਰਲੇਕਰ ਵਿਹਾਰ ਦੇ ਵਿੱਚ ਬਾਲਮੀਕੀ ਨੈਸ਼ਨਲ ਪਾਰਕ ਵਿਹਾਰ ਦਾ ਸਥਾਪਨਾ ਦਿਵਸ 22 ਮਾਰਚ ਨੂੰ ਮਨਾਇਆ ਜਾਂਦਾ 22 ਮਾਰਚ 1912 ਨੂੰ ਅੰਗਰੇਜ਼ਾਂ ਨੇ ਬੰਗਾਲ ਤੋਂ ਲੱਗ ਕਰਕੇ ਵਿਹਾਰ ਇੱਕ ਨਵਾਂ ਰਾਜ ਬਣਾਇਆ ਸੀ ਇਸ ਕਰਕੇ ਮਨਾਇਆ ਜਾਂਦਾ ਵਿਹਾਰ ਵਿੱਚ ਖੇਡਾਂ ਨੂੰ ਤਸ਼ਾਹੀਦ ਕਰਨ ਲਈ ਖੇਡ ਯੂਨੀਵਰਸਿਟੀ ਅਤੇ ਅਕੈਡਮੀ ਦੀ ਸਥਾਪਨਾ ਕੀਤੀ ਗਈ ਵਿਹਾਰ ਸਰਕਾਰ ਨੇ ਅਸਮ ਮੇਜ ਦੇਵੀ ਨੂੰ ਰਾਜ ਮਹਿਲਾ ਕਮਿਸ਼ਨਰ ਦੀ ਚੇਅਰਪਰਸਨ ਚੁਣਿਆ ਵਿਹਾਰ ਭਾਰਤ ਦਾ ਸਭ ਤੋਂ ਵੱਡਾ ਸੁਖਮੁਦਾਰ ਲੈਣ ਵਾਲਾ ਰਾਜ ਬਣਿਆ ਵਿਹਾਰ ਵਿੱਚ ਪੰਛੀਆਂ ਦੀ ਜਨਗਣਨਾ ਵਿੱਚ ਪੰਛੀਆਂ ਦੀਆਂ 200 ਤੋਂ 5 ਤੋਂ ਵੱਧ ਪ੍ਰਜਾਤੀਆਂ ਪਾਈਆਂ ਗਈਆਂ। ਹਾਲ ਹੀ ਵਿੱਚ ਬਿਹਤਰ ਇੰਟਰਨੈਟ ਕਨੈਕਟੀਵਿਟੀ ਦੇ ਮਾਮਲੇ ਵਿੱਚ ਦੱਖਣੀ ਏਸ਼ੀਆ ਵਿੱਚ ਕੌਣ ਸਿਖਰ ਤੇ ਰਿਹਾ? ਹਾਂਜੀ ਬੈਟਰ ਇੰਟਰਨੈਟ ਕਨੈਕਟੀਵਿਟੀ ਦੇ ਮਾਮਲੇ ਵਿੱਚ ਸਾਊਥ ਏਸ਼ੀਆ ਦੇ ਵਿੱਚ ਸਿਖਰ ਤੇ ਰਹਿਣ ਵਾਲਾ ਦੇਸ਼ ਬਣਿਆ ਵਾ ਭੂਟਾਨ। ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ। 58% ਦੇ ਨਾਲ ਭੂਟਾਨ ਸਿਖਰ ਤੇ ਆਇਆ। ਠੀਕ ਹੈ। ਤੇ ਇਸ ਲਿਸਟ ਦੇ ਵਿੱਚ ਸਾਡਾ ਦੇਸ਼ ਭਾਰਤ 6ਵੇਂ ਨੰਬਰ ਤੇ ਆ। ਸੈਕਿੰਡ ਤੇ ਕੌਣ ਆ? ਬੰਗਲਾਦੇਸ਼। 3ਰਡ ਤੇ ਆ 몰ਦੀਵ। ਠੀਕ ਹੈ? ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਉਹਨੂੰ ਭੂਟਾਨ ਟੌਪ ਤੇ ਆ। ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਭੂਟਾਨ ਭੂਟਾਨ ਦੀ ਕੈਪੀਟਲ ਕੀ ਆ? ਥਿੰਪੂ। ਭੂਟਾਨੀ ਵਿਦਿਆਰਥੀ ਇਲੈਕਟ ਭੂਟਾਨੀ ਵਿਦਿਆਰਥੀ ਇਲੈਕਟ੍ਰੋਨਿਕ ਜੋਖਮ ਬਰੈਲ ਬਣਾਉਣਗੇ। ਭੂਟਾਨ ਨੇ ਰੂਬੇਲਾ ਦੇ ਖਾਤਮੇ ਦਾ ਸਫਲ ਐਲਾਨ ਕੀਤਾ। ਭੂਟਾਨ ਸਭ ਤੋਂ ਘੱਟ ਵਿਕਸਿਤ ਦੇਸ਼ਾਂ ਦੀ ਸੂਚੀ ਤੋਂ ਬਾਹਰ ਆਇਆ। ਪੁਟਾਣ ਨੇ ਆਪਣੀ ਮੂਲ ਕੁੱਤਿਆਂ ਦੀ ਨਸਲ ਦੀ ਸੁਰੱਖਿਆ ਲਈ ਸੰਭਾਲ ਕੇਂਦਰ ਦਾ ਉਦਘਾਟਨ ਕੀਤਾ। ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਰਾਜ ਦੇ ਰਜ਼ੋਰੀ ਚਿੱਕਰੀ वुਡ ਕraft ਤੇ ਮੋਸ਼ਕਬੁੱਧਜੀ ਚਾਵਲ ਨੂੰ ਜੀਆਈ ਟੈਗ ਮਿਲਿਆ? ਤਾਂ ਇਹ ਹੈਗਾ ਜੰਮੂ ਕਸ਼ਮੀਰ ਦੇ অপਸ਼ਨ B ਇਸ ਆ ਰਾਈਟ ਆਂਸਰ। वुਡ ਕraft ਕੀ ਆ? ਲੱਕੜ ਦੇ ਕੁਝ ਇਸ ਤਰ੍ਹਾਂ ਦੇ ਜਿਹੜੇ ਦਸਤਾਵੇਜ਼ ਆ ਤਿਆਰ ਕੀਤੇ ਜਾਂਦੇ ਆ। ਤੇ ਚਾਵਲ ਕੀ ਆ? ਚਾਵਲ ਦੇ ਨਾਮ ਹੈਗੇ ਆ। ਮੋਸ਼ਕਬੁੱਧਜੀ ਕਿਸ ਸਮ ਆਹੇ? ਠੀਕ ਹੈ ਇਹਨੂੰ ਜੀਆਈ ਟੈਗ ਮਿਲਿਆ। ਹੁਣ ਅਸੀਂ ਜੰਮੂ ਕਸ਼ਮੀਰ ਦੀ ਗੱਲ ਕੀਤੀ ਹੈ ਤਾਂ ਜੰਮੂ ਕਸ਼ਮੀਰ ਦੇ ਲਿਊਟੇਨੈਂਟ ਗਵਰਨਰ ਕੌਣ ਆ ਮਨੋਜ ਸਿਨਾ ਜੰਮੂ ਕਸ਼ਮੀਰ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਆ ਜਿਸ ਦੇ ਕੈਪੀਟਲ ਆ ਸ਼੍ਰੀਨਗਰ ਜੰਮੂ ਕਸ਼ਮੀਰ ਦੇ ਵਿੱਚ ਡਾਚੀਗਾਮ ਨੈਸ਼ਨਲ ਪਾਰਕ ਆ ਕਾਜੀਨਾਗ ਨੈਸ਼ਨਲ ਪਾਰਕ ਆ ਸਲੀਮ ਅਲੀ ਨੈਸ਼ਨਲ ਪਾਰਕ ਆ ਕਿਸਤ ਬਾੜ ਨੈਸ਼ਨਲ ਪਾਰਕ ਇੱਥੋਂ ਦੇ ਫੇਮਸ ਲੋਕਨਾਚਾਰ ਆ ਰੌਫ ਹਿੱਕਤ ਕੁਡੰਡੀ ਕੇਸਰੀ ਦਾ ਉਤਪਾਦਨ ਦੇ ਵਿੱਚ ਮੋਹਰੀ ਰਾਜਾ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਦੇ ਵਿੱਚ ਡਾਲਸੀ ਇਲਾ ਬੁਲਰਸੀ ਇਲਾ ਗਾਇਮਰਸੀ ਇਲਾ ਮਾਨਸ ਬਲਸੀ ਇਲਾ ਗੰਗਾ ਬਲਸੀਲਾ ਕੁਸਰਬਲ ਝੀਲਾ ਸ਼ੇਸ਼ਨਾਗ ਝੀਲਾ ਨਾਗਿੰਗ ਝੀਲਾ ਬੈਰੀਨਾਗ ਝੀਲਾ ਸਮਾਰਟ ਸਿਟੀ ਪ੍ਰੋਜੈਕਟ ਲਿਮਟਿਡ ਦੇ ਤਹਿਤ ਜੰਮੂ ਨੂੰ 100 ਈ ਬੱਸਾਂ ਮਿਲਣਗੀਆਂ ਜੰਮੂ ਕਸ਼ਮੀਰ ਵਿੱਚ ਤੁਹਾਡੇ ਪਿੰਡ ਵਿੱਚ ਡਾਕਟਰ ਪਹਿਲ ਕਦਮੀ ਸ਼ੁਰੂ ਕੀਤੀ ਗਈ Amazon India ਦਲ ਝੀਲ ਵਿੱਚ ਪਹਿਲਾ ਫਲੋਟਿੰਗ ਸਟੋਰ ਖੋਲੇਗਾ ਕਿਸ ਤਵਾਰ ਦੇ ਮਚੇਤ ਮਾਤਾ ਯਾਤਰਾ ਸ਼ੁਰੂ ਹੋਈ ਜੰਮੂ ਭਾਰਤ ਦੇ ਪਹਿਲੇ ਕੈਨਾਬਿਸ ਦਵਾਈ ਪ੍ਰੋਜੈਕਟ ਦੀ ਅਗਵਾਈ ਕਰੇਗਾ ਨੈਕਸਟ ਕੁਐਸਚਨ SSB ਨੇ ਹਾਲ ਹੀ ਵਿੱਚ 54 ਫੁੱਟ ਤਿਰੰਗੇ ਦਾ ਉਦਘਾਟਨ ਕਿੱਥੇ ਕੀਤਾ? ਹਾਂਜੀ SSB ਇਸ ਦੇ ਡਾਇਰੈਕਟਰ ਆ ਰਸ਼ਮੀ ਸੁਖਲਾ ਤੇ ਇਹਨਾਂ ਨੇ 9 ਅਗਸਤ 2023 ਨੂੰ 54 ਫੁੱਟ ਤਿਰੰਗੇ ਦਾ ਉਦਘਾਟਨ ਕੀਤਾ ਵਾ ਸਿਲੀਗੁੜੀ ਦੇ ਵਿੱਚ। ਆਪਸ਼ਨ ਸੀ ਇਜ਼ ਆ ਰਾਈਟ ਆਨਸਰ। ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫॉर ਵਾਚਿੰਗ।